ਪਾਰਲੀਮੈਂਟ ਚੋਣਾਂ 'ਚ ਕਿਹੜਾ ਬਾਜ਼ੀ ਮਾਰ ਰਿਹਾ, ਕੌਣ ਜਿੱਤ ਰਿਹਾ? ਬਠਿੰਡਾ ਤੋਂ, ਬਠਿੰਡਾ ਦੇ ਵਿੱਚ ਅਸੀਂ ਮੌਜੂਦ ਹਾਂ ਅਤੇ ਇੱਥੇ ਨਤੀਜੇ ਤੋਂ ਪਹਿਲਾਂ ਨਤੀਜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ 1 ਜੂਨ ਦੀਆਂ ਵੋਟਾਂ ਤੋਂ ਬਾਅਦ ਨਤੀਜੇ 4 ਜੂਨ ਨੂੰ ਆਉਣੇ ਆ, ਪਰ ਉਸ ਤੋਂ ਪਹਿਲਾਂ ਆਖਿਰ ਥੋੜ੍ਹਾ ਬਹੁਤਾ ਅੰਦਾਜ਼ਾ ਤਾਂ ਲੱਗੇ ਕਿ ਕੌਣ ਜਿੱਤ ਰਿਹਾ। ਬਠਿੰਡਾ ਦੇ ਬੱਸ ਅੱਡੇ 'ਤੇ ਇਸ ਵੇਲੇ ਮੌਜੂਦ ਆ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਇੱਧਰ ਅੰਕਲ ਜੀ ਖੜੇ। ਅੰਕਲ ਜੀ, ਕਿਹੜਾ ਜਿੱਤ ਰਿਹਾ? ਵੋਟਾਂ ਤਾਂ ਪੈ ਗਈਆਂ, ਕੀ ਪਤਾ ਬੰਦ ਟੈਂਕੀ ਆ, ਕੀ ਪਤਾ ਕਿਹਦੀ ਕਿਸਮਤ ਜਾਗੂ। ਫਿਰ ਵੀ ਕੀ ਲੱਗਦਾ, ਲੋਕ ਜ਼ਿਆਦਾ ਕਿਹਦੇ ਵੱਲ ਬੋਲੇ ਆ? ਹਜੇ ਕੋਈ ਉਹ ਨਹੀਂ, ਚਾਰ ਸਵੇਰੇ ਰਿਹਾ ਹੈ। ਬੰਦ ਟੈਂਕੀ ਦਾ ਕੀ ਪਤਾ? ਬੰਦ ਟੈਂਕੀ ਹੈ, ਬੰਦ ਟੈਂਕੀ 'ਚ ਕਹਿੰਦੇ ਕੀ ਪਤਾ ਲੱਗਣਾ ਕਿਹੜਾ ਭੁਗਤ ਗਿਆ। ਆ ਬਾਈ ਅਸੀਂ ਚੱਲਦੇ ਆ। ਬਾਈ ਜੀ, ਲਿਖਾ ਪੜ੍ਹੀ ਕਰ ਲਿਓ, ਕੋਈ ਗੱਲ ਨੀ। ਕੀ ਲੱਗਦਾ ਹੈ, ਕਿਹੜਾ ਜਿੱਤੂ? ਵੋਟਾਂ ਤਾਂ ਪੈ ਗਈਆਂ। ਵੋਟਾਂ ਦਾ ਸੱਚ ਤਾਂ ਜਿਹਨੂੰ ਪਾਈਆਂ ਸੀ ਉਸੇ ਕਹਿੰਦੇ ਵੀ ਉਹੀ ਜਿੱਤੇ, ਸਾਡਾ ਬੰਦਾ ਜਿੱਤੇ ਜੀ। ਕਿਹੜਾ? ਸ਼੍ਰੋਮਣੀ ਅਕਾਲੀ ਦਲ ਜੀ। ਅਕਾਲੀ ਦਲ ਜਿੱਤੇ ਕਹਿੰਦੇ ਆ ਬਾਈ ਨੀ। ਹਾਂਜੀ ਬਾਈ ਜੀ, ਕੀ ਲੱਗਦਾ ਕਿਹੜਾ ਜਿੱਤੂ? ਇੱਥੇ ਤਾਂ ਲੱਗਦਾ ਬੀਬੀ ਵੀ ਜਿੱਤੂ। ਅੱਛਾ, ਅੱਲਾ, ਮੋਬਾਈਲ ਤੇ ਫੋਟੋ ਲਾਈ ਫਿਰਦਾ ਬਾਈ। ਇੱਧਰ ਆਓ ਜੀ, ਇਸ ਪਾਸੇ ਆਓ। ਰਜਿੰਦਰ, ਇੱਧਰ ਬਾਈ ਜੀ ਹੁਣੀ ਆਉਂਦੇ ਨੇ, ਬਾਪੂ ਜੀ ਨੂੰ ਪੁੱਛਦੇ ਆ। ਅੰਕਲ ਜੀ, ਕੀ ਲੱਗਦਾ ਵੋਟਾਂ ਵੋਟਾਂ ਪੈ ਗਈਆਂ? ਗਰਮੀ ਤਾਂ ਬੜੀ ਹੈ, ਪਰ ਕੀ ਲੱਗਦਾ ਜੇ ਡਿੱਕੀ ਜਾਂਦੇ ਕਿਹੜਾ ਜਿੱਤਦਾ ਲੱਗਦਾ? ਪਤਾ ਨੀ ਭਰਾ, ਅਸੀਂ ਤਾਂ ਹਰਿਆਣੇ ਦੇ ਰਹਿਣ ਵਾਲੇ ਆ। ਹਰਿਆਣੇ ਦੇ ਤੁਸੀਂ? ਹਾਂਜੀ ਹਾਂਜੀ। ਅਜੇ ਤਾਂ ਬੱਸ ਚੜ੍ਹਨਾ ਬੀਬੀ, ਤੁਸੀਂ ਵੀ ਰਹਿਣੇ ਆ? ਨਾ ਜੀ, ਅਸੀਂ ਪੰਜਾਬ ਦੇ ਆ। ਅੱਛਾ, ਕੀ ਲੱਗਦਾ ਕਿਹੜਾ ਜਿੱਤੂ? ਭਗਵੰਤ ਮਾਨ ਵਧੀਆ ਸੰਤ ਜੀ। ਭਗਵੰਤ ਮਾਨ ਚੰਗਾ। ਲਓ ਜੀ, ਤਾਂ ਇੱਧਰ ਆ ਜਾਓ, ਅੱਗੇ ਆ ਜਾਓ ਰਜਿੰਦਰ, ਇਸ ਪਾਸੇ ਚੱਲਦੇ ਆ। ਆ ਵੀਰ ਆਉਂਦਾ, ਵੀਰ ਖਾਜਾ ਖਾਜਾ, ਕੀ ਲੱਗਦਾ ਕਿਹੜਾ ਜਿੱਤੂ? ਵੋਟਾਂ ਵੋਟਾਂ ਤਾਂ ਪਾਤੀਆਂ। ਵੋਟਾਂ ਤਾਂ ਪਾਇਆ ਤੀਆਂ ਜੀ। ਕਿਹੜਾ ਜਿੱਤੂ? ਅਕਾਲੀ ਸਰਕਾਰ ਨੂੰ ਪਾਈਆਂ ਵੋਟਾਂ। ਅਕਾਲੀ ਨੂੰ ਪਾਈਆਂ? ਅੱਛਾ, ਇੱਧਰ ਬਾਈ ਜੀ ਖੜੋ, ਕਿਹੜਾ ਖੜੋ ਖੜੋ। ਅੱਛਾ, ਵੋਟਾਂ ਪੈ ਗਈਆਂ, ਮੈਂ ਕਿਹਾ ਅਜੇ 4 ਨੂੰ ਆਉਣੇ ਨਤੀਜੇ, ਪਰ ਲੱਗਦਾ ਕੀ ਹੈ, ਕਿਹੜਾ ਅੱਗੇ ਆ? ਅਸੀਂ ਤਾਂ ਭਰਾਵਾ ਕੋਈ ਸਰਕਾਰ ਨੀ ਚੱਜਦੀ ਹੈਗੀ। ਅੱਛਾ, ਪਰ ਫਿਰ ਵੀ ਕਿਹਾ ਇੱਕਣੇ ਦਾ ਜਿੱਤੀ ਜਾਣਾ? ਕੋਈ ਬਣਦਾ ਫਿਰ ਯਾਰ, ਚੰਗਾ ਕੰਮ ਤਾਂ ਕਿਸੇ ਨੇ ਕਰਨਾ ਹੀ ਨਹੀਂ ਲੱਗਦਾ। ਕੀ ਪਰ ਕਿਹੜਾ ਜਿੱਤੂ? ਸਾਨੂੰ ਤਾਂ ਭਰਾਵਾ ਕੁਛ ਨੀ ਲੱਗਦਾ, ਅਸੀਂ ਤਾਂ ਵੋਟ ਹੀ ਨੀ ਪਾਈ। ਪਾਈ ਨੀ ਬੀਬੀ? ਤੁਸੀਂ ਪਾਈ ਹੈ? ਤੁਸੀਂ ਵੀ ਨੀ ਪਾਈ? ਕੀ ਗੱਲ? ਨਹੀਂ ਵੀਰੇ, ਕੋਈ ਕੰਮ ਹੀ ਨੀ ਕਰਦਾ, ਕੋਈ ਕੀ ਪਾ ਕੇ ਕਰੀਏ। ਅੱਛਾ, ਵੋਟ ਹੀ ਨੀ ਪਾਈ? ਨਾ। ਤਾਂ ਬਈ ਨਾਰਾਜ਼ਗੀ ਵੀ ਜਤਾਤੀ ਹੈ, ਤਾਂ ਅੱਗੇ ਚੱਲਦੇ ਆ। ਆ ਪਿੱਛੇ ਵੀਰ ਹੋਣੀ ਦੋ ਆਉਂਦੇ, ਅਰਜਿੰਦਰ ਪਿੱਛੇ ਵੀ ਘੁਮਾਈ ਕੈਮਰਾ ਮਾੜਾ ਜਾ। ਬਾਈ ਜੀ, ਇੱਥੋਂ ਨਹੀਂ ਹੈ? ਇਹ ਤਾਂ ਫਾਜ਼ਿਲਕਾ ਤੋਂ ਆਇਆ ਜੀ। ਫਾਜ਼ਿਲਕਾ ਦੇ? ਤੁਹਾਡੇ ਕਿਹੜਾ ਜਾਂਦਾ? ਸਾਡੇ ਤਾਂ ਹੈਗੇ ਹੁੰਦੇ, ਕੀ ਨਾਂ, ਸ਼ੇਰ ਸਿੰਘ ਬਾਈ। ਅੱਛਾ, ਪਿੱਛੇ ਆ ਇੱਧਰ ਸਰਦਾਰ ਸਾਹਿਬ ਆਉਂਦੇ ਆ। ਸਰਦਾਰ ਸਾਹਿਬ, ਕੀ ਲੱਗਦਾ ਕਿਹੜਾ ਜਿੱਤੂ ਐਸ ਦੀ, ਕਿਹੜਾ ਬਾਜੀ ਮਾਰੂ? ਸਾਡੇ ਵਾਸਤੇ ਤਾਂ ਇਹੀ, ਤਾਂ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ। ਅੱਛਾ, ਕਾਂਗਰਸ ਵਧੀਆ ਹੈਡ ਬਾਤ ਕਾਂਗਰਸ ਹੈ। ਹਾਂਜੀ, ਚਲੋ ਅੱਗੇ ਚਲੋ ਜੀ, ਅੱਗੇ ਰਹਿ ਲੈਨੇ ਅਰਜਿੰਦਰ, ਅੱਗੇ ਆਹ ਬੰਦੇ ਬੈਠੇ ਆ ਥੋੜੇ ਜਿਹੇ, ਉਹਨਾਂ ਵਾਲੇ ਪਾਸੇ ਚੱਲਦੇ ਆ। ਇੱਧਰ ਆਓ ਗਰਾਂ ਦੀ, ਇੱਧਰਲੇ ਪਾਸੇ ਚੱਲਦੇ ਹੈਗਾ। ਪਿੱਛੇ ਬਾਈ ਵੀ ਆਉਂਦਾ ਵੀਰੇ, ਆ ਜਾਓ ਆ ਜਾਓ ਆ ਜਾਓ ਆ ਜਾਓ। ਬਾਈ ਜੀ, ਕੀ ਲੱਗਦਾ ਕਿਹੜਾ ਬਾਜੀ ਮਾਰ ਗਿਆ ਐਤਕੀ ਵੋਟਾਂ 'ਚ? ਕੋਈ ਪਤਾ ਨਹੀਂ ਜੀ, ਤਾਂ ਸਮਝ ਬਾਹਰ ਆ ਕੰਮ। ਫਿਰ ਵੀ ਸਮਝ ਆ ਨਹੀਂ ਰਹੀ। ਅੱਛਾ, ਤੁਹਾਨੂੰ ਕੀ ਲੱਗਦਾ? ਮੈਂ ਆਪਾਂ ਤਾਂ ਜੀ ਕੰਮ ਹੀ ਕਰਨਾ, ਜਿਹੜਾ ਕੋਈ ਮਰਜ਼ੀ ਆ ਜਾ, ਆਪਾਂ ਨੂੰ ਕੋਈ ਕੋਈ ਆ ਜੇ ਕੰਮ ਹੀ ਕਰਨਾ, ਨਸ਼ੇ ਪੱਤੇ ਨਾ ਹੋਣ। ਇੱਧਰ ਆਓ ਜੀ, ਇਸ ਪਾਸੇ ਚੱਲਦੇ ਆ। ਬਾਪੂ ਜੀ, ਵੋਟਾਂ ਵੋਟਾਂ ਤਾਂ ਪਾਤੀਆਂ, ਸਵਾਰੀਆਂ ਤੁਹਾਡੇ ਨਾਲ ਬਹਿੰਦੀਆਂ ਵੀ ਹੋਣੀਆਂ, ਕਿਹਦੀਆਂ ਹੁਣ ਗੱਲਾਂ ਬਾਤਾਂ ਬਾਹਲੀਆਂ ਕਰੀ ਜਾਂਦੇ ਆ, ਕਿਹੜਾ ਜਿੱਦਾਂ ਲੱਗਦਾ? ਬਸ ਅਜਾ, ਕੋਈ ਕੰਮ ਵੀ ਹੈ ਨੀ ਜੀ, ਵਿਹਲੇ ਬੈਠੇ ਹੋਏ ਆ, ਇੱਥੇ ਤਾਂ ਕੱਖ ਵੀ ਹੈ ਨੀ ਸਾਡੇ ਕੋਲ ਤਾਂ ਇੱਥੇ। ਨਹੀਂ, ਪਰ ਜਿੱਦਾਂ ਕਿਹੜਾ ਲੱਗਦਾ? ਜਿੱਤਣਾ ਤਾਂ ਹੁਣ ਮਹਾਰਾਜ ਨੂੰ ਪਤਾ ਜੀ, ਜਿੱਤਦਾ ਦੁਬਾਰੇ ਬਾਰੀ ਤੱਕੜੀ ਵਾਲਿਆਂ ਦੀ ਆਊਗੀ ਜੀ। ਅੱਛਾ, ਹਾਂਜੀ ਵੀਰ, ਤੱਕੜੀ ਵੀਰੇ। ਅੱਛਾ, ਆ ਮੁੰਡੇ ਨਹੀਂ ਕਰੇ? ਹਾਂ ਵੀਰ, ਹਮ ਤੋ ਨਹੀਂ ਜਾਣਤੇ, ਹਮ ਤੋ ਬਿਹਾਰ ਸੇ ਹੈ। ਬਿਹਾਰ ਸੇ ਹੈ ਭਾਈ? ਕਿਹੜਾ? ਹਾਂਜੀ, ਤੱਕੜੀ ਆ ਵੀਰੇ।
ਮੋਦੀ ਆਊ, ਕੋਈ ਕਹਿੰਦਾ ਆਪਣੀ ਦੂਜੀ ਗੱਠ ਜੋੜ ਆਊਗਾ, ਕੁਛ ਪਤਾ ਹੀ ਨੀ ਲੱਗ ਰਿਹਾ। ਚਾਰ ਤਰੀਕ ਨੂੰ ਪਤਾ ਲੱਗੂਗਾ। ਇੱਥੇ ਤੱਕੜੀ ਜਿੱਤੂ ਜੀ, ਬੀਬਾ ਜੀ ਲਿਆਣਗੇ। ਚਾਰ ਤਰੀਕ ਨੂੰ ਪਤਾ ਲੱਗ ਜੂ ਬਈ ਯਾਰ, ਹੁਣ ਸਾਰਾ ਕੁਝ ਪਤਾ ਲੱਗ ਜੂ, ਹੁਣ ਜਿਹੜਾ ਜਿੱਤ ਗਿਆ ਉਹਨੂੰ ਪਤਾ ਹੀ ਲੱਗ ਜੂ ਆਪੇ। ਲੱਗ ਹੀ ਜਾਊ ਪਰ ਆਪਾਂ ਅੰਦਾਜ਼ਾ ਲਾਉਣੇ ਵੀ ਗੱਲਾਂ ਬਾਤਾਂ ਚ ਕੀ ਲੱਗਦਾ। ਦੇਖੋ ਹੁਣ ਸਾਨੂੰ ਇੰਨਾ ਨੀ ਪਤਾ ਲੱਗਦਾ, ਹੁਣ ਤੱਕੜੀ ਕੋਈ ਤੱਕੜੀ ਨੂੰ ਪਾਈ ਜਾਂਦਾ, ਝੜ ਨੂੰ ਵੀ ਪਾਈ ਜਾਂਦਾ ਸੀ। 20 ਪਾਰਟੀਆਂ ਹੋਈਆਂ ਪਈਆਂ, ਹੁਣ ਕੀ ਪਤਾ ਲੱਗਦਾ ਵੀ। ਅੱਗੇ ਚੱਲਦੇ ਆ, ਅੱਗੇ ਨੂੰ ਆ ਜਾਓ ਜੀ, ਅੱਗੇ ਚੱਲਦੇ ਆ। ਸਰਦਾਰ ਸਾਹਿਬ ਕੀ ਲੱਗਦਾ ਸੀ, ਕਿਹੜਾ ਬਾਜੀ ਮਰ ਗਿਆ, ਕੰਮ ਤਾਂ ਹੋ ਗਿਆ ਜਿਹੜਾ ਹੋਣਾ ਸੀ? ਇਹ ਤਾਂ ਹੁਣ ਪ੍ਰਮਾਤਮਾ ਜਾਣਦਾ, ਆਪਾਂ ਨੂੰ ਕੀ ਪਤਾ, ਮਾਲਕ ਨੂੰ ਪਤਾ ਕੌਣ ਬਣਦਾ ਕੌਣ ਨਹੀਂ ਬਣਦਾ। ਅੰਦਾਜ਼ਾ ਕੋਈ ਨਤਾਜ਼ਾ ਕੁਛ ਨਹੀਂ ਕਹਿ ਜਾਂਦਾ ਐਤਕੀ। ਸਾਰਿਆਂ ਨੂੰ ਕੋਈ ਪਤਾ ਨਹੀਂ ਕਿਸੇ ਨੇ ਕਿੱਥੇ ਵੋਟ ਪਾ ਦੀ, ਕਿੱਥੇ ਨਹੀਂ ਪਾਦੀ, ਕਿਸੇ ਨੂੰ ਹੀ ਨਹੀਂ ਕੋਈ ਪਤਾ ਹੈਗਾ। ਅੱਛਾ ਸਰਦਾਰ ਸਾਹਿਬ, ਖੜੋ ਕੀ ਲੱਗਦਾ ਐਤਕੀ? ਕਬਲ ਚੌਦਾਂ ਚਾਹ ਫਿਰ ਇੱਕੋ ਜਿਹਾ ਲੱਗਦਾ, ਸਾਰਾ ਕੁਛ ਇੱਕੋ ਜਿਹਾ ਲੱਗਦਾ ਕਹਿੰਦੇ। ਚੱਲ ਅੱਗੇ ਨੂੰ ਆਓ ਜੀ, ਅਗਲੇ ਪਾਸੇ ਚੱਲਦੇ ਆ, ਕੁਝ ਹੋਰ ਲੋਕਾਂ ਦੀ ਰਾਏ ਲੈ ਜਾਣ ਲੈਂਦੇ ਆਪਾਂ। ਅਗਲੇ ਪਾਸੇ ਆ ਵੀਰ ਤਰਿਆ ਆਉਂਦਾ, ਅੱਗੇ ਨੂੰ ਪੁੱਛ ਲੈਂਦੇ ਆ, ਵੀਰੇ ਕਿੱਧਰ ਪਜਾਇਆ ਇੰਨੀ ਗਰਮੀ ਚ? ਹੈਂ ਆ ਜਾ ਰਜਿੰਦਰ, ਅੱਗੇ ਅੱਗੇ ਆ ਗਰਾਂਦੀ ਆ ਵੀਰ। ਹਾਂ ਵੀਰ, ਕਿੱਥੋਂ? ਲੋਕਲ ਹੀ ਆ, ਤਲਵੰਡੀ ਤੋਂ ਜੀ। ਅੱਛਾ, ਤਲਵੰਡੀ ਵਿੱਚ ਹੀ ਆ ਗਿਆ। ਕੀ ਲੱਗਦਾ ਫਿਰ, ਕਿਹੜਾ ਜਿੱਤੂਗਾ? ਬਾਹਰ ਦੇਖੋ ਜੀ ਆਪਾਂ ਤਾਂ ਫਿਰ ਵੀ ਹੈ, ਮਨ ਤਾਂ ਕਾਲੀ ਲੱਗਦੀ ਆ। ਅੱਛਾ, ਹਾਂ ਕੀ ਲੱਗਦਾ ਫਿਰ? ਚਾੜੂਆ ਹੀ ਲੱਗਦੇ। ਅੰਕਲ ਜੀ ਖੜੇ ਮਾੜਾ ਜਾ। ਅੰਕਲ ਜੀ ਕੀ ਲੱਗਦਾ ਫਿਰ ਐਤਕੀ ਵੋਟਾਂ ਜੀ, ਕਿਹੜਾ ਕੰਮ ਕਰ ਗਿਆ? ਆਂਟੀ ਜੀ ਕੀ ਲੱਗਦਾ, ਕਿਹੜਾ ਜਿੱਤੂ ਐਤਕੀ? ਵਾਹਿਗੁਰੂ ਜਾਣੇ, ਨਹੀਂ ਫਿਰ ਵੀ ਵੋਟਾਂ ਤਾਂ ਆਪਾਂ ਹੀ ਪਾਈਆਂ। ਹੁਣ ਮੇਰੀ ਤਾਂ ਇੱਕ ਹੈ, ਕਰੋੜਾਂ ਦੀ ਹੋਰ ਆ, ਇੱਕ ਇੱਕ ਕਰਕੇ ਬੀਬੀ ਜਿੱਤਦਾ। ਇਹ ਤਾਂ ਮੈਨੂੰ ਪਤਾ ਨਹੀਂ ਨਾ ਕਿਹਨੇ ਕਿੱਥੇ ਪਾਈ ਹੈ ਹੁਣ। ਨਹੀਂ ਆਪਾਂ ਨੂੰ ਕੀ ਲੱਗਦਾ ਫਿਰ ਵੀ? ਮਾਲਕ ਕਹਿੰਦਾ ਜਿਹੜਾ ਲਿਆਵੇ ਚੰਗਾ ਹੀ ਲਿਆਵੇ, ਚੰਗਾ ਲਿਆਵੇ, ਵਾਹਿਗੁਰੂ ਵਧੀਆ ਲਿਆਵੇ। ਚਲੋ ਆਂਟੀਆਂ ਦੇ ਭਾਈ ਜਿਹੜਾ ਆਵੇ ਚੰਗਾ ਹੀ ਆਵੇ। ਇੱਧਰ ਬਾਊ ਜੀ ਕਿੱਥੋਂ ਦੇ ਹੋ? ਕਾਲਾ ਵਾਲੀ ਮੰਡੀ ਦੇ। ਅੱਛਾ, ਕੀ ਲੱਗਦਾ ਤੁਹਾਡੇ ਕਿਹੜਾ ਜਿੱਤੂ? ਕੋਈ ਪਤਾ ਨੀ ਗਾ ਕੌਣ ਕਿਹੜਾ ਜਿੱਤੂਗਾ। ਵੋਟਾਂ ਦੇ ਤੀਆਂ, ਕਾਂਗਰਸ ਜਿੱਤੂ ਕਿ ਮੋਦੀ ਜਿੱਤੂਗਾ, ਗਾ ਇਹ ਚ ਕੋਈ ਪਤਾ ਨੀ ਗਾ। ਕੋਈ ਪਤਾ ਨੀ ਵੀਰ ਕਹਿੰਦਾ। ਇੱਧਰ ਆ ਵੀ ਅੱਗੇ ਆਓ ਬਾਈ ਆਉਂਦਾ ਇੱਕ, ਇੱਧਰ ਚੱਲਦੇ ਆ, ਆ ਵੀਰ ਵਾਲੇ ਪਾਸੇ ਆਉਣੇ ਆ। ਬਾਈ ਜੀ ਖੜੋ 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 ਖੜੋ, ਕਿੱਥੋਂ? ਲੋਕਲ ਹੀ ਹੋ? ਹਾਂਜੀ। ਕਿੱਥੋਂ ਦੇ ਆ? ਸਿੰਘਾਂ ਦਾ ਰਹਿਣਾ। ਅੱਛਾ, ਕੀ ਲੱਗਦਾ ਬਾਈ ਕਿਹੜਾ ਜਿੱਤੂ ਐਤਕੀ? ਕਿਹਦੇ ਪੈ ਗਈਆਂ ਵੋਟਾਂ? ਬਾਦਲ ਗਿਆ ਨੂੰ ਪਈਆਂ। ਹੈਂ? ਬਾਦਲ ਗਿਆ ਨੂੰ। ਬਾਦਲ ਗਿਆ ਨੂੰ ਪਈਆਂ? ਹਾਂਜੀ। ਜਿੱਤ ਲੱਗਦੇ ਆ? ਹਾਂਜੀ ਜਿੱਤ ਲੱਗਦੇ। ਅੱਛਾ ਚਲੋ, ਨਾਲ ਹੀ ਤੁਹਾਡੇ ਬੀਬੀ ਕੀ ਲੱਗਦਾ ਕਿਹੜਾ ਜਿੱਤੂ? ਬੀਬੀ ਤਾਂ ਸੰਗ ਹੀ ਗਈ ਆ। ਬੀਬੀ ਕੋਈ ਨੀ ਦੱਸਦੇ ਕਿਹੜਾ ਜਿੱਤੂ, ਬੀਬੀ ਤਾਂ ਸੰਗ ਗਈ ਯਾਰ। ਚਲੋ ਅੱਗੇ ਚੱਲਦੇ ਆ ਇਧਰਲੇ ਪਾਸੇ ਨੂੰ। ਆ ਜਾਓ ਜੀ, ਆ ਵੀਰ ਪੂਰੇ, ਆ ਵੀਰ ਚਾਬੀਆਂ ਪਾਣੇ ਚੱਕੀ ਫਿਰਦਾ। ਕੀ ਲੱਗਦਾ ਕਿਹਦੀ ਗੱਲ ਬਣ ਗਈ? ਬੀਬਾ ਜੀ
ਹਰਸਿਮਰਤ ਕੌਰ। ਅੱਡੇ ਚ ਬਾਹਲੇ ਕਾਲੀ ਦਾ ਨੀ? ਨਹੀਂ ਕਾਲੀ ਦਾ ਨੀ ਜੀ। ਅੱਛਾ ਆ ਬਾਈ ਭੱਜਿਆ ਦਾ ਬਾਈ ਜੀ? ਹਾਂਜੀ ਕਾਂਗਰਸ ਦੇ ਸਾਰੇ। ਅੱਛਾ ਹਾਂਜੀ ਕਿਹੜਾ ਜਿੱਤੂ? ਫਿਰ ਜਿੱਤੂ ਆ ਕਾਂਗਰਸ ਮਾਨਸਾ ਸੀਟ ਤੇ। ਅੱਛਾ ਹਾਂਜੀ ਕਾਂਗਰਸ ਕਹਿੰਦਾ ਬਾਈ ਅੱਗੇ ਚੱਲ ਬਈ ਇਸ ਪਾਸੇ ਆ, ਇਧਰ ਬੜਾ ਰੌਲਾ ਪਈ ਜਾਂਦਾ ਸੀ। ਆ ਜਾ ਆ ਜਾ ਆ ਜਾ। ਹਾਂ ਵੀਰ ਬੱਸ ਕੀ ਦੀ ਹੈ? ਬੱਸ ABS ਬੱਸ ਹੈ ਟ੍ਰਾਂਸਪੋਰਟ। ਅੱਛਾ ਕੀ ਲੱਗਦਾ ਫਿਰ ਕਿਹੜਾ ਜਿੱਤੂ? ਬੱਸਾਂ ਸਵਾਰੀਆਂ ਸਵਾਰੀਆਂ ਗੱਲਾਂ ਕਰਦੀਆਂ ਹੋਣੀਆਂ। ਬੱਸਾਂ ਤਾਂ ਜੀ ਰਲਵੇਂ ਮਿਲਵੇਂ ਜੀ ਸਰਕਾਰ ਕਹੀ ਜਾਂਦੇ ਆ ਵੈਸੇ ਤਾਂ। ਫਿਰ ਵੀ ਇੱਥੇ ਕਿਹਦੀ ਗੱਲ ਬਣਦੀ? ਇੱਥੇ ਟੱਕਰ ਝਾੜੂ ਵਾਲੇ ਦੀ ਤੇ ਹਰਸਿਮਰਤ ਦੀ। ਹਾਂ ਅੱਗੇ ਕਿਹੜਾ? ਅੱਗੇ ਤਾਂ ਨਹੀਂ ਕੋਈ ਵੀ ਕਹਿ ਸਕਦੇ, ਬਸ ਥੋੜਾ ਬੋੜਾ ਤੇ ਜਿੱਤਾ ਹਾਰੋਗੇ। ਖੁੱਡਗਾਲਾ ਵੀ ਕਹਿੰਦਾ ਵੀ ਮੈਂ ਵੀ ਪੂਰਾ ਐਤਕੀ ਉਹਦੇ ਬਾਦਲ ਸਾਹਿਬ ਨੂੰ ਹਰਾਇਆ ਤੇ ਸਿਮਰ ਵੀ ਕਹਿੰਦੀ ਐਤਕੀ ਮੈਂ ਹੀ ਆ ਤੇ ਵੇਖੋ ਕੀ ਬਣਦਾ ਪੂਰਾ ਲੱਗਿਆ ਪਿਆ। ਹਾਂਜੀ ਬਾਈ ਜੀ ਕੀ ਲੱਗਦਾ ਕਿਹੜਾ ਬਾਜੀ ਮਾਰ ਗਿਆ? ਦੇਖੋ ਜੀ ਖੁੰਡਗਾਲੇ ਫਸੇ ਆ ਆਪੇ ਨਿਕਲ, ਚਾਰ ਤਰੀਕ ਨੂੰ ਕੱਢ ਦੇਣਗੇ ਸਾਰਾ ਕੁਛ। ਅੰਦਾਜ਼ਾ ਕੀ ਲੋਕ ਗੱਲਾਂ ਤਾਂ ਕਰਦੇ ਹੋਣੇ? ਨਹੀਂ ਬਰਾਬਰ ਦੀ ਹੈ ਸੀਟ ਜੀ, ਇੱਕੋ ਜਿਹੇ ਬਰਾਬਰ ਦੀਆਂ ਤੇਰਾ ਸਾਰਾ ਇੱਕੋ ਜਿਹੀ ਵੋਟ ਆ ਜੀ, ਇੱਕੋ ਜਿਹਾ ਮੁਕਾਬਲਾ ਇੱਧਰ ਕਰ ਕੇ। ਹਾਂ ਵੀਰ ਕਿਹਦੀ ਕਿਹਦੀ ਟੱਕਰ ਸੀ, ਕਿਹੜਾ ਅੱਗੇ ਆ? ਸਿਮਰਤ ਕੌਰ ਜਿੱਤੂਗੀ। ਬਾਕੀ ਤਾਂ ਪਿੱਛੇ ਉਹਦੇ ਮੁਕਾਬਲੇ ਚ ਕੋਈ ਨੀ, ਕੰਮ ਹੀ ਬਹੁਤ ਕੀਤਾ ਬਠਿੰਡੇ ਚ। ਅੱਛਾ ਵਿਹਲੇ ਸਾਨੂੰ ਕਰਤਾ ਗੁੱਡੀਆਂ ਆਊਗਾ ਐਕਟੀ ਗੁੱਡੀਆਂ ਜਿੱਤੂਗਾ ਹਰਸਿਮਰਤ ਨਹੀਂ ਜਿੱਤੀਗੀ। ਅੱਛਾ ਨਹੀਂ ਜਿੱਤੀ ਕਦੇ, ਬਦਲੂਗਾ ਮਾਹੌਲ, ਬਦਲੂਗਾ ਮਾਹੌਲ। ਸੱਤਰ ਸਾਲਾਂ ਚ ਕੀ ਕੀਤਾ? ਅੱਜ ਦੋ ਸਾਲਾਂ ਚ ਇਹਨਾਂ ਨੇ ਕਰਤਾ ਦਿੱਤਾ, ਸਰਕਾਰੀ ਨੌਕਰੀਆਂ ਮਿਲ ਗਈਆਂ ਮੁੰਡਿਆਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ। ਬੀਬੀ ਖੜ ਜੋ ਬੀਬੀ ਕੀ ਲੱਗਦਾ ਕਿਹੜਾ ਜਿੱਤੂ ਐਤਕੀ? ਕਿਹੜਾ ਜਿੱਤੂ ਐਤਕੀ? ਕਹਿ ਨੀ ਸਕਦੇ ਫੇਰ ਵੀ, ਕਿਹਨੂੰ ਪਾਣੀਆਂ ਵੋਟਾਂ ਪਈਆਂ? ਕਹਿ ਨੀ ਪਤਾ ਹੀ ਨੀ ਚੱਲਦਾ ਸਾਨੂੰ ਜੀ। ਤੁਸੀਂ ਪਾਈ ਕੇ ਨਹੀਂ ਪਾਈ ਆ ਜੀ? ਫੇਰ ਪਾਈ ਫੇਰ ਤਾਂ ਪਤਾ ਹੋਊਗਾ ਨਾਲ ਦੇ ਕੀ ਆਂਦੇ ਕਿਹੜਾ ਜਿੱਤੂ। ਮੋਦੀ ਨੂੰ ਆਖ ਛੱਡਦੇ ਆ ਜੀ, ਮੋਦੀ ਆਖ ਛੱਡਦੇ ਆ। ਅੱਛਾ ਤੁਸੀਂ ਕਿਹੜਾ, ਤੁਸੀਂ ਤਾਂ ਨੀ ਪਾਈ? ਅਸੀਂ ਤਾਂ ਹੋਰ ਪਾਸੇ ਪਾਈ ਆ, ਮੋਦੀ ਨੂੰ ਨੀ ਪਾਈ। ਬੀਬੀਆਂ ਦੀ ਅਸੀਂ ਤਾਂ ਹੋਰ ਪਾਸੇ ਪਾਈ, ਹੋਰ ਮੋਦੀ ਨੂੰ ਆਕੀ ਜਾਂਦੇ ਆ, ਰੌਲਾ ਰੱਪਾ ਗੱਲਾਂ ਪੱਤਾਂ ਸੁਣਦੇ ਆ ਨਾ। ਇੱਧਰ ਨੂੰ ਘਰ ਜਿੰਦਰ ਬੜਾ ਇੱਧਰ ਪਿੱਛੇ ਨਾ ਪਿੱਛੇ ਆਉਂਦੇ ਆ ਉਹ ਸਰਦਾਰ ਸਾਹਿਬ, ਇਹਨਾਂ ਵੀ ਕਰ ਪੱਪੂ ਜੀ ਖੜੇ ਕਰਨ ਦੀ। ਪੱਪੂ ਜੀ ਕੀ ਲੱਗਦਾ ਵੋਟਾਂ 'ਚ ਕਿਹੜਾ ਬਾਜੀ ਮਾਰ ਗਿਆ? ਕੌਣ ਵੋਟਾਂ 'ਚ ਕੀ ਲੱਗਦਾ? ਮੈਂ ਤਾਂ ਇਹ ਕਹਿੰਦਾ ਵੀ ਮੈਨੂੰ ਤਾਂ ਖੁੱਡੀਆਂ ਚੰਗਾ ਲੱਗਦਾ ਸੀਗਾ, ਮੈਂ ਸਿੱਟ ਤੀ ਉਹਦੇ 'ਤੇ ਸੁੱਚ ਉਹਦੀ ਨਾਪਤੀ ਅਤੇ ਜਿੱਤਣਾ ਵੀ ਚਾਹੀਦਾ। ਉਹਨੂੰ ਉਹਦੇ ਪਿਓ ਨੂੰ ਮਾਰਵਾ ਤਾ ਸੀ ਇਹਨਾਂ ਨੇ। ਅੱਛਾ ਤੁਸੀਂ ਉਹਨਾਂ ਨੇ ਦੱਸਤੀ ਆਪਦੀ ਰਾਇ ਵੀ ਉੱਧਰ ਪਾਤੀ ਆ, ਆਹ ਵੀਰ ਨੀ ਕਰੀ? ਹਾਂ ਵੀਰ ਕੀ ਲੱਗਦਾ ਕਿਹਦੀ ਗੱਲ ਬਣਦੀ ਐਤਕੀ ਵੋਟਾਂ 'ਚ? ਦੇਖੋ ਵੀਰੇ ਕਾਲੀ ਦਾ ਲੱਗਦੀ ਆ, ਕਾਲੀ ਦਾਲ ਵੀਰੇ। ਅੱਛਾ ਚਲੋ ਅੱਗੇ ਚੱਲੀਏ ਜੀ, ਇਸ ਪਾਸੇ ਨੂੰ ਆਗਰਾ, ਉਹ ਉੱਥੇ ਬੰਦੇ ਖੜੇ ਉੱਥੇ ਚੱਲਦੇ ਆ ਅਗਲੇ ਪਾਸੇ। ਹਾਂ ਕੀ ਥੋੜ੍ਹੀ ਜਿਹੀ ਰਾਇ ਹੋਰ ਜਾਣ ਲਈਏ, ਜ਼ਿਆਦਾ ਤੋਂ ਜ਼ਿਆਦਾ ਆਹ ਬਾਈ ਨਾਲ ਗੱਲ ਕਰਦੇ ਆ। ਹਾਂ ਬਾਈ ਵੇਚੀ ਨਾ ਗੋਲ ਗੱਪੇ? ਹਾਂਜੀ ਬਾਈ ਜੀ ਵੇਚੀ ਜਾਂਦੇ ਜੀ। ਅੱਛਾ ਜਿਹੜੇ ਗੋਲ ਗੱਪੇ ਖਾਂਦੇ ਆ ਖਾਂਦੇ ਕਹਿੰਦੇ ਦੱਸਦੇ ਵੀ ਕਿਹਨੂੰ ਵੋਟ ਪਾਏ, ਕਿਹੜਾ ਜਿੱਦਾ ਲੱਗਦਾ? ਉਹੀ ਪੰਜੇ ਦਾ ਜੋੜ ਹੈ ਜੀ, ਪੰਜੇ ਦਾ। ਅੱਛਾ ਹਾਂ ਪੰਜੇ ਦਾ ਜੋੜ ਹੈ ਹਾਂ ਪੂਰਾ। ਗੋਲ ਗੱਪੇ ਖਾਂਦੇ ਪੰਜੇ ਨੂੰ ਕਹਿੰਦੇ ਆ? ਹੋਰ ਗੋਲ ਗੱਪੇ ਵਾਲਾ ਬਾਈ ਕਹਿੰਦਾ ਪੰਜੇ ਦਾ ਜੋੜ ਹੈ। ਅੱਗੇ ਨੂੰ ਆ ਗਿਆ ਆ ਵੀਰ ਖੜਾ, ਵੀਰ ਕੀ ਲੱਗਦਾ ਚਾਰ ਤੋਂ ਪਹਿਲਾਂ ਆਪਾਂ ਇੱਕ ਅੰਦਾਜ਼ਾ ਲਾ ਰਹੇ ਹਾਂ ਵੋਟਾਂ ਤਾਂ ਪੈ ਗਈਆਂ, ਕਿਹੜਾ ਜਿੱਦਾ ਲੱਗ ਰਿਹਾ? ਜਿੱਤੂ
ਜੀਤੂਗਾ, ਅਕਾਲੀ ਦਲ ਹੀ ਜੀਤੂਗਾ ਸਰ। ਅੱਛਾ, ਹਾਂ ਜੀ, ਕਿਹੜਾ ਜਿੱਤ ਲੱਗਦਾ? ਗੱਲਬਾਤ ਬਣਦੀ ਲੱਗਦੀ ਆ ਇੱਥੋਂ ਤਾਂ ਹਰਸਿਮਰਤ ਦੇ ਚਾਂਸ ਆ, ਆਪਣਾ ਤਾਂ ਹਲਕਾ ਫਰੀਦਕੋਟ ਆ। ਫਰੀਦਕੋਟ ਸਰ ਬਾਈ ਆਜ਼ਾਦ ਉਮੀਦਵਾਰ। ਹਾਂਜੀ ਬਾਈ ਜੀ। ਹਾਂਜੀ ਬਾਈ, ਕਿਹਦੀ ਗੱਲ ਬਣ ਗਈ ਲੱਗਦੀ ਆ? ਬਠਿੰਡਾ ਤੋਂ ਤਾਂ ਬੀਬਾ ਹਰਸਿਮਰਤ ਜੀ ਤੇ ਸੀਟ ਕੱਢਣਗੇ ਹਰਸਿਮਰਤ ਕੌਰ ਦੀ। ਹਾਂਜੀ, ਚੱਲ ਵੀ ਅੱਗੇ ਉਸ ਪਾਸੇ ਨੂੰ ਮਾੜਾ ਜਾ। ਅਸ ਬਾਈ ਨੂੰ ਪੁੱਛ ਲਈ, ਬਾਈ ਜੀ ਕੀ ਲੱਗਦਾ ਹੈ, ਕਿਹੜਾ ਜਿੱਤ ਸੀ ਦਾ ਐਤਕੀ? ਕਾਂਗਰਸ ਲੱਗਦੀ ਹੈ। ਕਾਂਗਰਸ? ਮਿੱਠੀ ਮਿੱਠੀ ਜੀ ਸਮਾਈਲ ਨਾਲ ਬਾਈ ਕਹਿੰਦਾ ਕਾਂਗਰਸ ਲੱਗਦੀ ਹੈ। ਕਹਿੰਦਾ ਇੱਧਰ ਅੱਗੇ ਆ ਜਾ ਵੀ, ਆ ਵੀਰ ਵੀਰ ਆਪਣੀ ਹੋਈ ਤਾਂ ਨੀ ਗੱਲ, ਕੀ ਲੱਗਦਾ ਹੈ ਕਿਹੜਾ ਬਾਜੀ ਮਾਰਦਾ? ਬਾਈ ਜੀ, ਬਾਈ ਜਿਹੜਾ ਮਰਜ਼ੀ ਮਾਰ ਲਏ, ਲੋਕਾਂ ਨੂੰ ਤਾਂ ਆਪਦਾ ਹੀ ਕਰਕੇ ਖਾਣਾ ਪੀਣਾ, ਸਰਕਾਰ ਨੇ ਸਾਡੇ ਲਈ ਕੁਛ ਨਹੀਂ ਕਰਨਾ। ਫਿਰ ਵੀ ਇਹ ਵੋਟਾਂ ਪਾਈਆਂ ਆਪਾਂ, ਕੀ ਲੱਗਦਾ ਕਿਹੜਾ ਜਿੱਤ ਰਿਹਾ, ਲੋਕ ਗੱਲਾਂ ਕਰਦੇ ਹੋਣੇ? ਨਹੀਂ, ਆਪਾਂ ਨਹੀਂ ਸੁਣੀ ਇਹ ਗੱਲ, ਨਹੀਂ ਲੱਗਦਾ। ਹਾਂ ਵੀਰ, ਕਿਹੜਾ ਲੱਗਦਾ? ਪਤਾ ਨਹੀਂ ਜੀ, ਮੈਂ ਵੋਟ ਹੀ ਨਹੀਂ ਪਾਉਣ ਗਿਆ ਜੀ। ਪਾਉਣ ਨਹੀਂ ਗਿਆ? ਕੀ ਗੱਲ, ਵੋਟ ਬਣੀ ਨਹੀਂ ਜੀ? ਬਣੀ ਨਹੀਂ, ਬਣਾ ਯਾਰ, ਫਿਰ ਬਣਾਵਾਂਗੇ ਜੀ, ਹਜੇ ਅਪਲਾਈ ਕੀਤੀ ਹੋਈ ਆ। ਅਪਲਾਈ ਕੀਤੀ ਆ, ਚੱਲ ਕੋਈ ਨਹੀਂ, ਬਣ ਜੂਗੀ। ਅਗਲੇ ਇੱਧਰ ਨੂੰ ਆਮ ਵਾਲਾ ਰਜਿੰਦਰ, ਇਸ ਪਾਸੇ ਆ ਵੀਰ, ਵੀਰੇ ਆਉਂਗੇ ਮਾੜਾ ਜਾ? ਆਜੋ ਆਜੋ ਵੀਰ, ਅੱਬੀ ਬਣ ਕੇ ਆਜੋ, ਮੇਰੇ ਜੋੜੇ ਪਾਏ ਇੱਥੇ ਆਜੋ, ਆਏ ਮੇਰੇ ਜੋੜੇ ਪਾਏ, ਤਾਂ ਨਹੀਂ ਗਾ ਆ ਰਿਹਾ ਮੈਂ। ਸਿੰਘ ਸਾਹਿਬ, ਤੁਹਾਡੇ ਕੋਲ ਵੀ ਆਉਂਦੇ ਹੋਣੇ ਆ ਸੰਗਤ, ਇੱਥੇ ਕਿਹਦੀਆਂ ਗੱਲਾਂ ਬਾਤਾਂ ਕਰਦੀ ਆ ਸੰਗਤ, ਵੀ ਕਿਹੜਾ ਐਤਕੀ ਅੱਗੇ ਲੱਗਦਾ ਵੋਟਾਂ 'ਚ? ਵੋਟਾਂ ਬਾਰੇ ਬਾਬਾ ਜੀ, ਨਾ ਤਾਂ ਆਪਾਂ ਸਿਆਸਤ ਕਰਨੀ ਧਿਆਨ ਦਿੱਤਾ, ਨਾ ਆਪਾਂ ਨੂੰ ਲੋੜ ਆ, ਸੇਵਾ ਵਾਲੇ ਹੋ, ਪਰ ਕੀ ਲੱਗਦਾ ਫਿਰ ਵੀ? ਆਪਣੀ ਮੇਰੀ ਜ਼ਿੰਦਗੀ ਦਾ ਮੇਰੇ ਦੋ ਹੀ ਅਸੂਲ ਨੇ, ਸਹੀ ਬੰਦੇ ਨੂੰ ਸਿਆਸਤ ਰਹਿਣ ਨਹੀਂ ਦਿੰਦੀ ਤੇ ਸਹੀ ਬੰਦਾ ਸਿਆਸਤ 'ਚ ਜਾਂਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆਓ ਜੀ, ਆਹ ਅੰਕਲ ਜੀ ਤੁਰੇ ਆਉਂਦੇ ਰਜਿੰਦਰ, ਇਸ ਪਾਸੇ ਗਰੀ ਕਰਾਂ। ਅੰਕਲ ਜੀ, ਕੀ ਲੱਗਦਾ ਕਿਹੜਾ ਜਿੱਤ ਰਿਹਾ? ਇਹ ਕੋਈ ਕਹਿ ਨਹੀਂ ਸਕਦਾ, ਲੋਕਾਂ ਨੇ ਦੱਸਿਆ ਨਹੀਂ ਸਹੀ, ਸਹੀ ਨਹੀਂ ਦੱਸਿਆ, ਹਰ ਇੱਕ ਪਾਰਟੀ ਦੇ ਉਹਨਾਂ ਉਹਨਾਂ ਜ਼ੋਰ। ਤੁਹਾਨੂੰ ਕੀ ਲੱਗਦਾ ਵੈਸੇ? ਆਪਾਂ ਨੂੰ ਹਾਲੇ ਕੋਈ ਆਈਡੀਆ ਨਹੀਂ, ਕਿਉਂ ਅਸੀਂ ਆਪਦੇ ਕੰਮ 'ਚ ਵੀ ਜੀਆਂ, ਧਿਆਨ ਨਹੀਂ ਗਿਆ ਇਸ ਵਾਰ, ਧਿਆਨ ਨਹੀਂ ਗਿਆ। ਅੱਗੇ ਆ ਬਈ, ਆਹ ਵੀਰ ਤੁਰਿਆ ਆਉਂਦਾ, ਚਰਾ ਕਾਲੀ ਜਾਂਦਾ ਭਾਰਤ ਦਾ ਚੱਕਿਆ ਹੋਇਆ, ਫਿਰ ਵੀ ਪੁੱਛ ਲੈਂਦੇ ਹਾਂ ਬਾਈ ਜੀ, ਹੈ ਤਾਂ ਭਾਰਤ ਤੁਹਾਡੇ ਕੋਲ ਵਾਹਵਾ ਪਰ ਜਾਂਦੇ ਆ, ਦੱਸ ਜੋ ਕੀ ਲੱਗਦਾ, ਕਿਹਦੀ ਗੱਲ ਬਣਦੀ ਐਤਕੀ ਵੋਟਾਂ 'ਚ? ਵੀਰੇ, ਮੈਂ ਤਾਂ ਨੋਟਾਂ ਨੂੰ ਪਾਈ, ਮੈਂ ਕਿਸੇ ਬਾਰੇ ਹੋਰ ਨਹੀਂ ਕਰਦਾ। ਰਿਜੈਕਟ ਕਰਦੇ ਸਾਰੀ, ਕੀ ਗੱਲ? ਨਹੀਂ, ਕੋਈ ਚੋਇਸ ਹੈ ਆਪਣੀ ਆਪਣੀ। ਆ ਭੈਣ ਜੀ ਵੀ ਆ ਪਿੱਛੇ, ਭੈਣ ਜੀ ਤੁਸੀਂ ਕਿਹੜੂ ਬਾਤ, ਕਿਹੜਾ ਜਿੱਦਾਂ ਲੱਗਦਾ? ਤੁਸੀਂ ਤਾਂ ਟੱਬਰ ਹੀ ਗੁੱਸੇ ਹੋਇਆ ਫਿਰਦਾ। ਅੱਗੇ ਅਗਲੇ ਪਾਸੇ ਇੱਧਰ ਦੇਖ ਲੈਂਦੇ ਹਾਂ ਜੀ, ਕੋਈ ਹੈਗਾ ਦੋ ਚਾਰ ਬੰਦੇ ਇੱਧਰ ਆ ਜਾ ਵੀ, ਆ ਜਾ ਵੀਰ ਤੇਰਾ ਦਾ, ਵੀਰ ਆ ਇੱਧਰ ਆ, ਬਾਪੂ ਜੀ ਬੈਠੇ ਆ ਇਸ ਪਾਸੇ ਆ ਕਰਾਂ। ਅੰਕਲ ਜੀ ਇੱਧਰ ਤਾਂ ਕਰ ਲੈ, ਕੋਈ ਨੀ, ਮੈਂ ਤਾਂ ਇਹੀ ਪੁੱਛਣਾ ਅੰਕਲ, ਕੀ ਲੱਗਦਾ ਵੋਟਾਂ 'ਚ ਗੱਲਾਂ ਬਾਤਾਂ, ਕਿਹੜਾ ਜਿੱਦਾਂ ਲੱਗਦਾ ਐਸ ਕੀ ਬਾਲੀ ਕਿਹਨੂੰ ਪੈ ਗਈਆਂ? ਮੈਂ ਬੋਲਦਾ ਨਹੀਂ, ਪਲੀਜ਼ ਪਲੀਜ਼, ਚੁੱਪ ਹੀ ਬਣੀ ਆ। ਹਾਂ ਵੀਰ, ਬਠਿੰਡੇ ਤੋਂ ਤਾਂ ਹਰਸਿਮਰਤੀ ਲੈ ਕੇ ਜਾਓ। ਅੱਛਾ, ਜ਼ਿਆਦਾ ਵੋਟਾਂ ਪਈਆਂ। ਲਓ ਜੀ ਅੱਗੇ ਚਲੋ, ਆ ਬੀਬੀ, ਬੀਬੀ ਕਿੱਥੋਂ ਦੇ ਸੀ, ਇੱਥੋਂ ਹੀ ਆ? ਹਾਂਜੀ। ਕੀ ਲੱਗਦਾ ਬੀਬੀ ਕਿਹੜਾ ਜਿੱਤ ਰਿਹਾ? ਪਤਾ ਨਹੀਂ, ਦੇਖੋ ਕੌਣ ਜਿੱਤਦਾ ਬਾਈ। ਵੋਟ ਪਾਈ ਆ? ਹਾਂਜੀ। ਫਿਰ ਵੀ ਕਿਹਦੀ ਗੱਲ ਬਣਦੀ ਲੱਗਦੀ ਆ? ਦੇਖੋ ਬਾਈ, ਕਿਹਦੇ, ਕੋਈ ਕਹਦਾ ਪੰਜਾ ਜੀਤੇ, ਕੋਈ ਕਹਦਾ ਝਾੜੂ ਜੀਤੇ, ਦੇਖੋ ਕੌਣ ਜਿੱਤਦਾ। ਵੇਖੀ ਜਾਊਗੀ ਕਿਹੜਾ ਜਿੱਤਦਾ। ਤਾਂ ਇਹ ਬਠਿੰਡੇ ਦੇ ਬੱਸ ਅੱਡੇ ਤੇ ਵੱਖ ਵੱਖ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਣਨ ਦੀ ਕੋਸ਼ਿਸ਼ ਕੀਤੀ ਆ, ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਕੌਣ ਜਿੱਤ ਰਿਹਾ, ਜਿੱਤੇਗਾ ਕੌਣ, ਇਹ ਤਾਂ ਹੁਣ ਭਾਈ 4 ਤਰੀਕ ਨੂੰ ਪਤਾ ਲੱਗੇਗਾ। ਪਰ ਲੋਕਾਂ ਦੇ ਨਾਲ ਗੱਲਬਾਤ ਕਰਕੇ ਇੱਥੋਂ ਦਾ ਥੋੜ੍ਹਾ ਜਿਹਾ ਮਾਹੌਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਅੰਦਾਜ਼ਾ ਤੁਸੀਂ ਆਪ ਲਓ, ਗੱਲਾਂ ਬਾਤਾਂ ਤੁਹਾਡੇ ਸਾਹਮਣੇ ਹੈ ਕਿ ਬਠਿੰਡਾ ਤੋਂ ਕੌਣ ਜਿੱਤ ਰਿਹਾ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਬਠਿੰਡਾ।